ਹੈਲੋ ਦੋਸਤੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਪੰਜਾਬ ਪਟਵਾਰੀ ਲਈ ਪੰਜਾਬੀ ਗ੍ਰਾਮਰ ਦੀ ਸੀਰੀਜ਼ ਦਾ ਨੈਕਸਟ ਟੋਪਿਕ ਜੋ ਕਿ ਹੈ ਲਿਪੀ ਤਾਂ ਚਲੋ ਦੇਖਦੇ ਹਾਂ ਇਹਦੀ ਪਰਿਭਾਸ਼ਾ ਕੀ ਹੈ ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਅੱਖਰਾਂ ਅਤੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਸਮੂਹ ਨੂੰ ਲਿਪੀ ਆਖਦੇ ਹਨ ਮਤਲਬ ਇਹਦੇ ਵਿੱਚ ਅੱਖਰ ਮਾਤਰਾਵਾਂ ਵਗੈਰਾ ਸਭ ਕੁਝ ਯੂਜ਼ ਹੋ ਜਾਏਗਾ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਲਿਪੀ ਜੀ ਨਾਰਾਹੀ ਆਪਾਂ ਕਿਸੇ ਭਾਸ਼ਾ ਨੂੰ ਲਿਖਦੇ ਹਾਂ ਠੀਕ ਹੈ ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਅੱਖਰਾਂ ਅਤੇ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਸਮੂਹ ਨੂੰ ਲਿਪੀ ਆਖਦੇ ਹਨ ਹਰ ਭਾਸ਼ਾ ਦੀ ਆਪਣੀ ਆਪਣੀ ਲਿਪੀ ਹੁੰਦੀ ਹੈ ਜਿਵੇਂ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਇਸੇ ਤਰ੍ਹਾਂ ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ ਤਾਂ ਤੁਹਾਨੂੰ ਪੇਪਰ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਇਸੇ ਤਰ੍ਹਾਂ ਇੰਗਲਿਸ਼ ਲੈਂਗੁਏਜ ਦਾ ਲੈਂਗੁਏਜ ਵੀ ਇਨਕਲੂਡਡ ਆਪਣੇ ਸਿਲੇਬਸ ਦੇ ਵਿੱਚ ਤਾਂ ਇੰਗਲਿਸ਼ ਦੀ ਲਿਪੀ ਵੀ ਪੁੱਛੀ ਜਾ ਸਕਦੀ ਆਪਾਂ ਨੂੰ ਤਾਂ ਤੁਸੀਂ ਯਾਦ ਰੱਖਣਾ ਹੈ ਕਿ ਅੰਗਰੇਜ਼ੀ ਭਾਸ਼ਾ ਦੀ ਲਿਪੀ ਕਿਹੜੀ ਹੈ ਰੋਮਨ ਤਾਂ ਚਲੋ ਅੱਗੇ ਦੇਖਦੇ ਆਪਾਂ ਗੁਰਮੁਖੀ ਲਿਪੀ ਦੇ ਕਿਹੜੇ-ਕਿਹੜੇ ਅੰਗ ਨੇ ਗੁਰਮੁਖੀ ਲਿਪੀ ਦੇ ਅੰਗ ਹੇਠ ਲਿਖੇ ਅਨੁਸਾਰ ਹਨ ਪਹਿਲਾ ਹੈ ਵਰਣਮਾਲਾ ਗੁਰਮੁਖੀ ਅੱਖਰਾਂ ਦੀ ਨਿਸ਼ਚਿਤ ਤਰਤੀਬ ਨੂੰ ਗੁਰਮੁਖੀ ਵਰਣਮਾਲਾ ਆਖਦੇ ਹਨ ਠੀਕ ਹੈ ਜਿਹੜੇ ਵੀ ਅੱਖਰ ਆਪਾਂ ਕ ਖ ਗ ਇਹ ਸਭ ਯੂਜ਼ ਕਰਦੇ ਹਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਗੁਰਮੁਖੀ ਵਰਣਮਾਲਾ ਗੁਰਮੁਖੀ ਵਰਣਮਾਲਾ ਦੇ ਪਹਿਲਾਂ 35 ਅੱਖਰ ਹੋਣ ਕਰਕੇ ਇਸ ਨੂੰ 35 ਜਾਂ 35 ਅਖਰੀ ਕਿਹਾ ਜਾਂਦਾ ਸੀ ਬਾਅਦ ਵਿੱਚ ਅਰਬੀ ਅਤੇ ਫਾਰਸੀ ਧੁਨੀਆਂ ਦੇ ਉਚਾਰਨ ਲਈ 6 ਹੋਰ ਅੱਖਰ ਸ਼ਾਮਿਲ ਕਰੇ ਗਏ ਜਿਸ ਨਾਲ ਗੁਰਮੁਖੀ ਵਰਣਮਾਲਾ ਦੇ ਹੁਣ ਕਿੰਨੇ ਅੱਖਰ ਹੋ ਗਏ ਨੇ 41 41 ਅੱਖਰ ਹੋ ਗਏ ਨੇ ਤਾਂ ਚਲੋ ਦੇਖ ਲੈਂਦੇ ਆ ਕਿ ਇਹ 41 ਅੱਖਰ ਕਿਹੜੇ ਨੇ ਜਿਹੜੀ ਆਪਾਂ 35 ਲਿਖਦੇ ਆ ਠੀਕ ਹੈ ਊੜਾ ਐੜਾ ਈੜੀ ਸਸਾ ਹਾਹ ਉਹਨਾਂ ਨੂੰ ਕਿਵੇਂ ਵੰਡਿਆ ਗਿਆ ਹੈ ਮੁੱਖ ਵਰਗ ਜਿਹੜੇ ਕਿ ਊੜਾ ਐੜਾ ਈੜੀ ਸਸਾ ਹਾਹ ਵਾਲੀ ਲਾਈਨ ਹੈ ਫਿਰ ਹੈ ਕ ਵਰਗ ਜਿਹੜੀ ਕ ਤੋਂ ਸ਼ੁਰੂ ਹੋਣ ਵਾਲੀ ਲਾਈਨ ਹੈ ਚ ਵਰਗ ਟ ਵਰਗ ਤ ਵਰਗ ਪ ਵਰਗ ਠੀਕ ਹੈ ਇਹਨਾਂ ਦੇ ਪਹਿਲੇ ਪਹਿਲੇ ਅੱਖਰ ਤੋਂ ਬਣਿਆ ਕ ਵਰਗ ਚ ਵਰਗ ਟ ਵਰਗ ਟ ਵਰਗ ਪ ਵਰਗ ਤਾਂ ਤੁਸੀਂ ਇੱਥੇ ਤੱਕ ਤਾਂ ਇਹ ਕੀ ਹੈ 35 ਠੀਕ ਹੈ ਤੇ ਬਾਅਦ ਵਿੱਚ ਅਰਬੀ ਅਤੇ ਫਾਰਸੀ ਭਾਸ਼ਾ ਦੇ ਆਹ 6 ਨਵੇਂ ਅੱਖਰ ਐਡ ਹੋਏ ਨੇ ਜੀ ਨਾਲ ਕਰਕੇ ਹੁਣ ਇਹਨਾਂ ਦੀ ਕਿੰਨੀ ਗਿਣਤੀ ਹੋ ਗਈ ਹੈ 81 ਅੱਖਰ ਹੋ ਗਏ ਨੇ ਤਾਂ ਤੁਹਾਨੂੰ ਇਹ 81 ਦੇ 81 ਅੱਖਰ ਯਾਦ ਹੋਣੇ ਚਾਹੀਦੇ ਹਨ ਵਰਣਮਾਲਾ ਦੇ ਇਹ ਅੱਖਰ ਨੇ 41 ਇਹ ਇਹਦਾ ਪਹਿਲਾ 파ਰਟ ਹੋ ਗਿਆ ਪਹਿਲਾ ਅੰਗ ਹੋ ਗਿਆ ਲਿਪੀ ਦਾ ਹੁਣ ਦੂਜਾ ਕੀ ਹੈ ਸਵਰ ਸਵਰ ਕੀ ਹੈ ਇਹ ਉਹ ਧੁਨੀਆਂ ਹਨ ਜਿਨ੍ਹਾਂ ਨੇ ਜੀਣਾ ਦੇ ਬੋਲਣ ਸਮੇ ਉਚਾਰਨ ਅੰਗ ਕੋਈ ਵੀ ਰੁਕਾਵਟ ਨਹੀਂ ਪਾਉਂਦੇ ਠੀਕ ਹੈ ਮਤਲਬ ਜੀਬ ਦੰਦਾਂ ਨਾਲ ਟੱਚ ਨਹੀਂ ਹੁੰਦੀ ਜਾਂ ਐਦਾ ਕੋਈ ਵੀ ਆਪਣਾ ਮਾਉਥ ਦਾ ਕੋਈ ਵੀ 파ਰਟ ਰੁਕਾਵਟ ਨਹੀਂ ਪੰਦਾ ਇਹਨਾਂ ਦੇ ਉਚਾਰਨ ਸਮੇ ਆਵਾਜ਼ ਬਿਨਾਂ ਰੁਕਾਵਟ ਤੋਂ ਮੂੰਹ ਵਿੱਚੋਂ ਬਾਹਰ ਨਿਕਲਦੀ ਹੈ ਜਿਵੇਂ ਉ ਆ ਆ ਇ ਈ ਉ ਉ ਏ ਐ ਓ ਓ ਠੀਕ ਹੈ ਤਾਂ ਤੁਸੀਂ ਇਹ ਸਾਰੇ ਅਸਵਰ ਬੋਲ ਕੇ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਨਾ ਤਾਂ ਆਪਣੀ ਜੀਬ ਦੰਦਾ ਨਾਲ ਟੱਚ ਕਰਦੀ ਐ ਨਾ ਲਿਪਸ ਆਪਸ ਵਿੱਚ ਟੱਚ ਕਰਦੇ ਨੇ ਤਾਂ ਇਥੋਂ ਪਤਾ ਲੱਗਦਾ ਹੈ ਕਿ ਅ ਮਤਲਬ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ ਇਹਨਾਂ ਅੱਖਰਾਂ ਨੂੰ ਬੋਲਦੇ ਹੋਏ ਤਾਂ ਇਹ ਜੇ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ ਸਵਰ ਨੈਕਸਟ ਹੈ ਵਿਅੰਜਨ ਸਵਰ ਦਾ ਹੀ ਉਲਟਾ ਹੋ ਗਿਆ ਵਿਅੰਜਨ ਇਹ ਉਹ ਦੁਨੀਆ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜੀ ਬਹੁਤ ਰੁਕਾਵਟ ਪੈਦਾ ਕਰਦੇ ਹਨ ਇਹਨਾਂ ਨੂੰ ਬੋਲਦੇ ਸਮੇਂ ਜੀਬ ਤਾਲੂ ਨਾਲ ਜਾਂ ਦੰਦਾ ਦੇ ਅੰਦਰਲੇ ਪਾਸੇ 'ਚ ਹੁੰਦੀ ਹੈ ਜਾਂ ਬੁੱਲ ਆਪਸ ਵਿੱਚ ਛੁੰਦੇ ਹਨ ਤਿੰਨ ਸਵਰਾਂ ਸੌਰੀ ਤਿੰਨ ਸਵਰ ਅੱਖਰਾਂ ਊੜਾ ਐੜਾ ਈੜੀ ਨੂੰ ਛੱਡ ਕੇ ਬਾਕੀ ਸਾਰੇ ਸਸੇ ਤੋਂ ਲੱਲੇ ਤੱਕ ਆਪਾਂ ਦੇਖਿਆ ਕਿ 41 ਟੋਟਲ ਵਰਣਮਾਲਾ ਦੇ ਅੱਖਰ ਸਨ ਉਨਾ ਚੋ ਊੜਾ ਐੜਾ ਈੜੀ ਆਪਾਂ ਛੱਡ ਦੇਵਾਂਗੇ ਤਾਂ ਬਾਕੀ ਕਿੰਨੇ ਬਚ ਗਏ 38 ਤਾਂ 38 ਵਿਅੰਜਨ ਨੇ ਵਰਣਮਾਲਾ ਵਿੱਚ ਤੇ ਤਿੰਨ ਸਵਰ ਨੇ ਤੁਹਾਡੇ ਤੋਂ ਪੇਪਰ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਵਰਣਮਾਲਾ ਵਿੱਚ ਕਿੰਨੇ ਸਵਰ ਨੇ ਤਾਂ ਤੁਸੀਂ ਯਾਦ ਰੱਖਣਾ ਹੈ ਕਿ ਸਵਰ ਕਿੰਨੇ ਨੇ 3 ਤੇ ਵਿਅੰਜਨ ਕਿੰਨੇ ਨੇ 38 ਨੈਕਸਟ ਹੈ ਅਨੁਨਾਸਕੀ ਵਿਅੰਜਨ ਅਨੁਨਾਸਕੀ ਵਿਅੰਜਨ ਕਿਹੜੇ ਨੇ ਇਹ ਉਹ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਕੁਝ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ ਇਹਨਾਂ ਦੀ ਗਿਣਤੀ 5 ਹੈ ਜਿਵੇਂ ਆਪਾਂ ਇਹਦੇ ਵਿੱਚ ਦੇਖਦੇ ਹਾਂ ਆ ਜਿਹੜੇ ਲਾਸਟ ਵਾਲੇ ਹੈ ਨਾਣਾ ਨੰਨਾ ਮੰਮਾ ਇਹ ਸਾਰੇ ਕੀ ਨੇ ਅਨੁਨਾਸਿਕ ਸਵਰ ਕਿਉਂਕਿ ਇਹਨਾਂ ਨੂੰ ਬੋਲਣ ਸਮੇਂ ਆਪਣੀ ਆਵਾਜ਼ ਜਿਹੜੀ ਹੈ ਉਹ ਥੋੜੀ-ਬਹੁਤ ਨੱਕ ਵਿੱਚੋਂ ਨਿਕਲਦੀ ਹੈ ਠੀਕ ਹੈ ਅੱਛਾ ਜ ਇੱਥੇ ਸੌਰੀ ਗਲਤ ਲਿਖਿਆ ਹੈ ਪਹਿਲੇ ਦੋ ਵਰਡਸ ਜਦ ਕੀ ਵਰਡਸ ਕਿਹੜੇ ਆਨੇ ਨੇ ਆਹਾ ਵਲੇ ਯਈਆਂ ਯਿੰਜਾ ਰਾਣਾ ਨੰਨਾ ਮੰਮਾ ਨੈਕਸਟ ਹੈ ਦੁੱਤ ਅੱਖਰ ਦੋ ਉਹ ਜੋ ਅੱਖਰ ਦੋ ਅੱਖਰਾਂ ਦੇ ਮੇਲ ਤੋਂ ਬਣਦਾ ਹੈ ਦੁੱਤ ਅੱਖਰ ਅਖਵਾਉਂਦਾ ਹੈ ਇਹਨਾਂ ਦੋ ਮ ਅੱਖਰਾਂ ਵਿੱਚੋਂ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ ਦੋਵੇਂ ਅੱਖਰ ਮਿਲ ਕੇ ਇੱਕੋ ਆਵਾਜ਼ ਪੈਦਾ ਕਰਦੇ ਹਨ ਇਹਨਾਂ ਦੀ ਗਿਣਤੀ ਕੀ ਹੈ 3 ਮਤਲਬ ਜਿਹੜੇ ਕਿਸੇ ਹੋਰ ਅੱਖਰ ਦੇ ਪੈਰ ਵਿੱਚ ਲਿਖੇ ਜਾ ਸਕਦੇ ਨੇ ਉਹਨਾਂ ਅੱਖਰਾਂ ਨੂੰ ਅੱਖਰਾਂ ਨੂੰ ਆਪਾਂ ਕੀ ਕਹਿੰਦੇ ਨੇ ਦੂਤ ਅੱਖਰ ਕਹਿੰਨੇ ਆ ਜਿਵੇਂ ਹ ਰ ਵ ਠੀਕ ਹੈ ਜਿਵੇਂ ਆਪਾਂ ਪੜਾਈ ਲਿਖਦੇ ਹਾਂ ਤਾਂ ਪੜਾਈ ਆਪਾਂ ਕਿਵੇਂ ਲਿਖਦੇ ਹਾਂ ਇਹਦੇ ਜਿਹੜਾ ਉਹਦੇ ਪੈਰ 'ਚ ਹ ਆਉਂਦਾ ਤਾਂ ਇਹ ਕੀ ਹੋ ਗਿਆ ਦੂਤ ਅੱਖਰ ਨੈਕਸਟ ਹੈ ਲਗਾ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਚਿੰਨਾ ਚਿੰਨ ਲਗਾ ਖਾਉਂਦੇ ਹਨ ਠੀਕ ਹੈ ਸਵਰ ਚਿੰਨ ਕਿਹੜੇ ਸੀ ਅ ਊ ਊ ਆ ਆ ਐ ਏ ਸਾਰੇ ਤਾਂ ਇਹਨਾਂ ਲਈ ਜਿਹੜੀਆਂ ਵੀ ਮਾਤਰਾਵਾਂ ਯੂਜ਼ ਕੀਤੀਆਂ ਜਾਂਦੀਆਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਲਗਾ ਇਹਨਾਂ ਦੀ ਵਰਤੋਂ ਅੱਖਰਾਂ ਨਾਲ ਕੀਤੀ ਜਾਂਦੀ ਹੈ ਅੱਖਰਾਂ ਤੋਂ ਬਿਨਾ ਇਹਨਾਂ ਦੀ ਕੋਈ ਵਰਤੋਂ ਨਹੀਂ ਕੀਤੀ ਜਾ ਸਕਦੀ ਨਾ ਹੀ ਇਹਨਾਂ ਦਾ ਕੋਈ ਮਹੱਤਵ ਹੈ ਇਨਾ ਦੀ ਗਿਣਤੀ ਕਿੰਨੀ ਹੈ 10 ਤਾਂ ਤੁਸੇ ਯਾਦ ਰੱਖਣਾ ਹੈ ਕਿ ਕਿੰਨੀਆਂ ਲਗਾ ਹਨ ਪੰਜਾਬੀ ਗ੍ਰਾਮਰ ਵਿੱਚ 10 ਲਗਾ ਕੰਨਾ ਠੀਕ ਹੈ ਕੰਨਾ ਜਿਵੇਂ ਕਿ ਆਪਾਂ ਕੀ ਲਿਖਦੇ ਹਾਂ ਸ਼ਾਮ ਤਾਂ ਇਹਦੇ ਵਿੱਚ ਕੰਨਾ ਯੂਜ਼ ਹੁੰਦਾ ਜਿਹੜੀ ਆ ਦੀ ਮਾਤਰਾ ਹੈ ਸ਼ਾ ਤਾਂ ਇਹਨੂੰ ਆਪਾਂ ਕੀ ਕਹਿੰਦੇ ਹਾਂ ਕੰਨਾ ਫਿਰ ਹੈ ਸਿਹਾਰੀ ਜਿਹੜੀ ਛੋਟੀ ਈ ਦੀ ਮਾਤਰਾ ਹੁੰਦੀ ਹੈ ਠੀਕ ਹੈ ਸਿਹਾਰੀ ਦੇ ਵਿੱਚ ਲੱਗੀ ਹੋਈ ਹੈ ਫਿਰ ਹੈ ਬਿਹਾਰੀ ਜਿਹੜੀ ਵੱਡੀ ਈ ਦੀ ਮਾਤਰਾ ਹੈ ਔਂਕੜ ਔਂਕੜ ਕੀ ਹੈ ਜਿਹੜਾ ਪੈੜ ਦੇ ਵਿੱਚ ਊ ਦੀ ਆਵਾਜ਼ ਹੁੰਦਾ ਹੈ ਦੁਲੈਂਕੜ ਜਿਹੜਾ ਊ ਊਠ ਵਿੱਚ ਯੂਜ਼ ਹੁੰਦਾ ਹੈ ਨੈਕਸਟ ਹੈ ਲਾਂਵਾ ਲਾਂਵਾ ਕਿਹੜੀਆਂ ਲਾਂ ਤੇ ਦੁਲਾਂ ਲਾਂ ਕਿਹੜੀ ਹੈ ਛੋਟੀ ਇਹ ਠੀਕ ਹੈ ਜਿਵੇਂ ਬੇਲ ਵਿੱਚ ਲਿਖਿਆ ਜਾਂਦਾ ਹੈ ਲਾਂ ਯੂਜ਼ ਹੋਈ ਹੈ ਇਹ ਕੀ ਹੈ ਲਾਂ ਤੇ ਦੁਲਾਵਾ ਕੀ ਹੈ ਜਿਵੇਂ ਬੈਲ ਵਿੱਚ ਆਹ ਐ ਦੀ ਆਵਾਜ਼ ਜਿਹੜੀ ਦਿੰਦੀ ਹੈ ਇਹ ਕੀ ਹੈ ਦੁਲਾਵਾ ਫੇਰ ਹੈ ਹੋੜਾ ਤੇ ਕਨੋੜਾ ਜਿਵੇਂ ਆਪਾਂ ਘੋੜਾ ਲਿਖਨੇ ਆ ਤਾਂ ਉਹਦੇ ਵਿੱਚ ਹੋੜਾ ਵਰਤਿਆ ਜਾਂਦਾ ਠੀਕ ਹੈ ਤੇ ਇਹੀ ਜੇ ਆਪਾਂ ਕੋੜਾ ਲਿਖਣਾ ਵਾ ਤਾਂ ਕਨੋੜਾ ਵਰਤਿਆ ਜਾਂਦਾ ਤਾਂ ਇਹ ਸਾਰੇ ਕੀ ਹੈ ਇਹ ਸਾਰੀਆਂ ਮਾਤਰਾਵਾਂ ਨੂੰ ਆਪਾਂ ਕੀ ਕਹਿੰਨੇ ਆ ਲਗਾ ਠੀਕ ਹੈ ਪੰਜਾਬੀ ਗ੍ਰਾਮਰ ਵਿੱਚ ਕਿੰਨੀਆਂ ਲਗਾਵਾ ਨੇ 10 ਫਿਰ ਹੈ ਲਗਾਖਰ ਲਗਾਖਰ ਕੀ ਹੈ ਜਿਹੜੇ ਚਿੰਨ ਲਗਾ ਦੇ ਨਾਲ ਵਰਤੇ ਜਾਂਦੇ ਨੇ ਉਹਨਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਇਹਨਾਂ ਦੀ ਗਿਣਤੀ ਕਿੰਨੀ ਹੈ 3 ਇਹ ਕਿਹੜੇ-ਕਿਹੜੇ ਨੇ ਬਿੰਦੀ ਟਿੱਪੀ ਤੇ ਅਦਕ ਤੁਹਾਨੂੰ ਪਤਾ ਹੀ ਹੈ ਕਿ ਬਿੰਦੀ ਟਿੱਪੀ ਅਦਕ ਇਹ ਕਈ ਵਰਡਸ ਵਿੱਚ ਯੂਜ਼ ਕੀਤੀ ਜਾਂਦੀ ਹੈ ਤਾਂ ਇਹਨਾਂ ਦੀ ਗਿਣਤੀ ਕਿੰਨੀ ਹੈ 3 ਤੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਲਗਾਖਰ ਤਾਂ ਆਪਾਂ ਕੀ ਦੇਖਿਆ ਕਿ ਲਿਪੀ ਦੇ ਪੰਜਾਬੀ ਲਿਪੀ ਦੇ ਕਿੰਨੇ ਪ੍ਰਕਾਰ ਨੇ ਕਿੰਨੇ ਅੰਗ ਨੇ 8 ਪ੍ਰਕਾਰ ਨੇ ਕਿਹੜੇ-ਕਿਹੜੇ ਵਰਣਮਾਲਾ ਜਿਦੇ ਵਿੱਚ 41 ਅੱਖਰ ਆਣਗੇ ਫਿਰ ਹੈ ਸਵਰ ਠੀਕ ਹੈ ਤੁਸੀਂ ਯਾਦ ਰੱਖਣਾ ਕਿ ਵਰਣਮਾਲਾ ਵਿੱਚ 41 ਅੱਖਰ ਆਣਗੇ ਪਹਿਲਾਂ 35 ਅੱਖਰ ਹੁੰਦੇ ਸੀ ਫਿਰ ਅਰਬੀ ਤੇ ਫਾਰਸੀ ਭਾਸ਼ਾ ਦੇ 6 ਅੱਖਰ ਹੋਰ ਐਡ ਹੋ ਗਏ ਜਿਦੇ ਕਰਕੇ ਇਹਨਾਂ ਦੀ ਕਾਊਂਟਿੰਗ ਕਿੰਨੀ ਹੋ ਗਈ ਹੈ 41 ਨੈਕਸਟ ਸੀ ਪਾਰਟ ਇਹਦਾ ਸਵਰ ਸਵਰ ਕਿੰਨੇ ਹੁੰਦੇ ਨੇ ਸਵਰ ਅ ਆ ਇ ਈ ਦੀ ਜਿਹੜੀ ਆਵਾਜ਼ ਹੈ ਉਹਨਾਂ ਨੂੰ ਹੀ ਕੀ ਕਿਹਾ ਜਾਂਦਾ ਵੈ ਸਵਰ ਤੇ ਸਵਰ ਧੁਨੀਆਂ ਕਿੰਨੀਆਂ ਨੇ 10 ਪਰ ਜੇ ਆਪਾਂ ਸਵਰ ਦੀ ਗੱਲ ਕਰੀਏ ਤਾਂ ਉਹ ਕਿੰਨੇ ਨੇ ਦਿੰ ਉੜਾ ਐੜਾ ਈੜੀ ਫਿਰ ਹੈ ਵਿਅੰਜਨ ਵਿਅੰਜਨ ਕਿਨੇ ਜਿਨ੍ਹਾਂ ਨੂੰ ਬੋਲਨ ਸਮੇਂ ਰੁਕਾਵਟ ਪੈਦਾ ਹੁੰਦੀ ਹੈ ਤਾਂ ਤਿੰਨ ਤਾਂ ਸਵਰ ਹੋ ਗਏ 41 ਅੱਖਰਾਂ ਵਿੱਚੋਂ ਤੇ ਬਾਕੀ ਜਿਹੜੇ ਰਹਿ ਗਏ ਉਹ ਕੀ ਹੋ ਗਏ ਸੌਰੀ 41 ਦੇ ਵਿੱਚੋਂ ਤਿੰਨ ਸਵਰ ਕੱਢ ਦੋ ਤੇ ਵਿਅੰਜਨ ਕਿਨੇ ਰਹਿ ਗਏ 38 ਫਿਰ ਸੀ ਇਹਨੂੰ ਨਾਸਕੀ ਵਿਅੰਜਨ ਉਹਨੂੰ ਨਾਸਕੀ ਵਿਅੰਜਨ ਜਿਨ੍ਹਾਂ ਦੀ ਆਵਾਜ਼ ਮੂੰਹ ਨੱਕ ਵਿੱਚੋਂ ਨਿਕਲਦੀ ਹੈ ਜਿਵੇਂ ਕਿ ਅੱਜ ਤੇ ਆਪਾਂ ਦੇਖਿਆ ਸੀ ਆ ਹਸਾਰੇ ਯਾ ညਾ ਨਾਣਾ ਨੰਨਾ ਮੰਮਾ ਇਹ ਸਾਰੇ ਕੀ ਨੇ ਅਨੁਨਾਸਕੀ ਸਵਰ ਫਿਰ ਉਸ ਤੋਂ ਅਨੁਨਾਸਕੀ ਵਿਅੰਜਨ ਸੋਰੀ ਫਿਰ ਉਸ ਤੋਂ ਬਾਅਦ ਕੀ ਸੀਗਾ ਦੁੱਤ ਅੱਖਰ ਦੁੱਤ ਅੱਖਰ ਜਿਹੜੇ ਪੈਰ ਵਿੱਚ ਯੂਜ਼ ਕੀਤੇ ਜਾਂਦੇ ਨੇ ਤੇ ਇਹ ਕਿਹੜੇ ਸੀ ਹਾ ਹਾ ਰਾਰਾ ਵਾਵਾ ਲਗਾ ਲਗਾ ਕੀ ਸੀ ਮਤਰਾਵਾਂ ਤੇ ਕਿੰਨੀਆਂ ਲਗਾਉਂਦੀਆਂ ਨੇ ਪੰਜਾਬੀ ਵਿੱਚ 10 ਫਿਰ ਹੈ ਲਗਾਖਰ ਲਗਾਖਰ ਤਿੰਨ ਕਿਹੜੇ ਬਿੰਦੀ ਟਿੱਪੀ ਤੇ ਅਦਕ ਤਾਂ ਇਹ ਸੀ ਪੰਜਾਬੀ ਲਿਪੀ ਦੇ ਕੁਝ ਅੰਗ ਤਾਂ ਤੁਸੀਂ ਯਾਦ ਰੱਖਣਾ ਕਿ ਪੰਜਾਬੀ ਲਿਪੀ ਦੇ ਟੋਟਲ 8 ਅੰਗ ਨੇ ਤੇ ਉਹਨਾਂ ਦੀ ਵੀ ਅੱਗੇ ਕਾਊਂਟਿੰਗ ਯਾਦ ਰੱਖਣੀ ਹੈ ਕਿ ਸਵਰ ਤਿੰਨ ਹੁੰਦੇ ਐ ਵਿਅੰਜਨ 38 ਹੁੰਦੇ ਨੇ ਲਗਾ 10 ਹੁੰਦੀਆਂ ਨੇ ਲਗਾਕਰ 3 ਹੁੰਦੇ ਨੇ ਤਾਂ ਇਹ ਸਭ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ ਪੇਪਰ ਵਿੱਚ ਇਦਾਂ ਦੇ ਹੀ ਕੁਸ਼ਨ ਪੁੱਛੇ ਜਾਂਦੇ ਨੇ ਆਈ ਹੋਪ ਤੁਹਾਨੂੰ ਸਾਡਾ ਅੱਜ ਦਾ ਲੈਕਚਰ ਵਧੀਆ ਲੱਗਿਆ ਹੋਵੇਗਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਲਾਈਕ ਕਰੋ ਐਂਡ ਸਬਸਕ੍ਰਾਈਬ ਕਰੋ ਐਂਡ ਆਪਣੇ ਫਰੈਂਡਸ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਥੈਂਕ ਯੂ